जालंधर के सिटी रेलवे स्टेशन के नज़दीक दमोरिया फ्लाईओवर के ऊपर आज एक ओला चालक ने रैपिडो बाइक में काम करने वाले युवक को ज़बरदस्त टक्कर मार दी। इस टक्कर में रैपिडो में काम करने वाले युवक को गंभीर रूप से चोटें आई हैं। जानकारी के मुताबिक रैपिडो में काम करने वाला युवक जब एक कस्टमर को पिक करने के लिए जा रहा था तो दमोरिया पुल के ऊपर उसके सामने से रॉन्ग साइड से एक तेज़ रफ्तार कार उसकी तरफ आई जिसने उसे टक्कर मार दी। इस घटना में युवक गंभीर रूप से घायल हुआ है और उसकी दाईं टांग पूरी तरह से टूट चुकी है। सर की नाम अपना? मेरा चंद्र सिंह। किधर एक्सीडेंट होया? तुम्हें कितना पता लगा? मैं दस्सो कौन था? बेटा रोंदा पे कितना मेरी लत पाड़ती है। ये कितना होया? कितना पता दस्सा उन्होंने कुछ? ਉਹ ਦੱਸ ਰਹੀ ਕਿ ਮੈਂ ਉਧਰੋਂ ਆ ਰਿਹਾ ਸੀ, ਚੜ੍ਹਾਈ ਵਿੱਚ ਸਪੀਡ ਨਹੀਂ ਹੁੰਦੀ, ਕਦੀ ਵੀ ਨੋਟ ਕਰ ਲਿਓ ਜਦੋਂ ਚੜ੍ਹਾਈ ਹੁੰਦੀ ਉਦੋਂ ਸਪੀਡ ਨਹੀਂ ਹੁੰਦੀ, ਉਤਰਾਈ ਵਿੱਚ ਸਪੀਡ ਹੁੰਦੀ। ਹਾਂਜੀ ਹਾਂਜੀ। ਗੱਡੀ ਐਡੀ ਤੇਜ਼ ਉਧਰੋਂ ਆ ਰਹੀ ਸੀ, ਇੱਕ ਨਾ ਮੈਂ ਬ੍ਰੇਕਾਂ ਮਾਰੀਆਂ ਮਗਰ ਇਹਨੇ ਬ੍ਰੇਕ ਫਲੂਕ ਨਹੀਂ ਮਾਰੀ, ਇਹਦਾ ਟਾਇਰ ਵੀ ਪਾੜ ਗਿਆ, ਸਭ ਕੁਝ ਹੋ ਗਿਆ। ਅਤੇ ਆਪ ਦੇਖ ਸਕਦੇ ਕਿੱਡਾ ਵੱਡਾ ਐਕਸੀਡੈਂਟ ਹੋਇਆ। ਅਤੇ ਕਿੰਨੀ ਕੁ ਲੱਗੀ ਬੇਟੇ ਦੇ? ਭਾਜੀ ਉਹਦੀ ਪੂਰੀ ਲੱਤ ਪਾੜਤੀ। ਇਹਨੇ ਕੀ ਕੰਮ ਕੀ ਕਰਦਾ? ਕੰਮ ਭਾਜੀ ਡਿਊਟੀ 'ਤੇ ਸੀ, ਮਤਲਬ ਕਿ ਜਿੱਦਾਂ ਆਹ ਮੈਟਲ ਜੂਟ ਵਗੈਰਾ ਕਰਦੇ ਆ ਇੱਦਾਂ। ਇਹ ਡਿਊਟੀ 'ਤੇ ਤੁਸੀਂ? ਹਾਂਜੀ। ਕਿੱਥੇ ਰਹਿੰਦੇ? ਅਸੀਂ ਫਰੀਦਨਗਰ। ਅਤੇ ਗੱਡੀ ਵਾਲਾ ਫੜਿਆ ਗਿਆ ਮੌਕੇ 'ਤੇ? ਗੱਡੀ ਵਾਲਾ ਫੜਿਆ। ਭਾਅ ਜੀ ਕੀ ਨਾਮ ਆਪਣਾ? ਮੇਰਾ ਨਾਮ ਭਾਅ ਜੀ ਹੈਗਾ ਲਕਸ਼ੇ। ਕੀ ਗੱਲ ਕੀ ਦੱਸੋ? ਮੁੰਡੇ ਗੱਲ ਇਹ ਹੋਈ ਭਾਅ ਜੀ ਯਾਰ, ਜਿੱਦਾਂ ਨਾ ਕਿ ਦਮੋੜੀਆ ਪੁੱਲ ਹੈਗਾ ਨਾ, 2-1 ਵੇ ਆ, ਠੀਕ ਆ ਜੀ। ਉੱਧਰੋਂ ਦੀ ਜਨਤਾ ਗਲਤ ਰਵੇ ਤੋਂ ਵੀ ਆ ਰਹੀ ਆ, ਸਹੀ ਵੇ ਤੋਂ ਵੀ। ਸਹੀ ਵੇ ਹੈਗੀ ਆ, ਸਟੇਸ਼ਨ ਤੋਂ ਜਿਹੜੇ ਚੜ੍ਹਦੇ ਹੈਗੇ ਬੰਦੇ ਉੱਧਰੋਂ ਆਉਣਾ ਚਾਹੀਦਾ ਉਹਨਾਂ ਨੂੰ। ਉੱਧਰੋਂ ਵਿੱਚ ਕੱਟ ਬਣਾਇਆ ਪੁੱਲ ਤੋਂ, ਤੁਸੀਂ ਉੱਧਰੋਂ ਜਾਓ। ਉਹ ਦੂਜੇ ਪਾਸੋਂ ਵੀ ਆ ਰਹੇ ਹੈਗੇ ਆ, ਐਕਸੀਡੈਂਟ ਦਾ ਕਾਰਨ ਬਣਿਆ ਵਾ, ਠੀਕ ਆ ਜੀ। ਹੁਣ ਉਹਨਾਂ ਨੇ ਗੱਡੀ ਵਾਲਾ ਸੀਗਾ ਓਲਾ ਕਾਰ ਚਲਾਉਂਦਾ ਵਾ ਬੰਦਾ, ਠੀਕ ਆ ਜੀ। ਉਹਨੇ ਗੱਡੀ ਬਹੁਤ ਸਪੀਡ 'ਤੇ ਸੀਗੀ ਉਹਦੀ, ਠੀਕ ਆ ਜੀ। ਗੱਡੀ ਉਹਨੇ ਮਾਰੀ ਮੇਰੇ ਵਿੱਚ ਲਿਆ ਕੇ ਲੱਤ 'ਤੇ, ਮੈਂ ਤਾਂ ਪੈ ਗਿਆ ਜੀ ਮੰਜੇ 'ਤੇ ਮਹੀਨੇ ਤੋਂ ਮਹੀਨੇ ਲਈ ਜੀ, ਠੀਕ ਆ ਜੀ। ਹੁਣ ਕੰਮ ਕੀ ਕਰਦੇ ਭਾਅ ਜੀ ਤੁਸੀਂ? ਕੰਮ ਭਾਅ ਜੀ ਮੈਂ ਰੈਪਿਡੋ ਕਰਦਾ ਹੈਗਾ ਜੀ, ਰੈਪਿਡੋ ਦਾ ਕੰਮ ਕਰਦਾ। ਕਿੱਥੇ ਰਹਿੰਦੇ? ਕਿੱਥੇ ਭਾਅ ਜੀ? ਮੈਂ ਫਰੀਦਨਗਰ ਰਹਿੰਦਾ ਹੈਗਾ। ਹੁਣ ਕਿੱਥੇ ਜਾ ਰਹੇ ਸੀਗੇ? ਹਾਂਜੀ, ਹੁਣ ਕਿੱਥੇ ਜਾ ਰਹੇ ਸੀ? ਮੈਂ ਹੁਣ ਭਾਅ ਜੀ ਬੰਦਾ ਇਹ ਕਸਟਮਰ ਨੂੰ ਲੈਣ ਚੱਲਾ ਸੀਗਾ ਪਿਕਅਪ ਲੋਕੇਸ਼ਨ 'ਤੇ, ਜੁਗਲ ਬੈਕਰੀ ਜਾ ਰਿਹਾ ਸੀਗਾ। ਅਤੇ ਇਹਨੇ ਨੂੰ ਕਾਰ ਵਾਲਾ ਸਪੀਡ ਤੋਂ ਆ ਕੇ, ਮੈਂ ਬਿਲਕੁਲ ਸਲੋ ਸਪੀਡ 'ਤੇ ਆ ਰਿਹਾ, ਅਤੇ ਉਹਨੇ ਕਾਰ ਵਾਲੇ ਨੇ ਬ੍ਰੇਕ ਵੀ ਨਹੀਂ ਮਾਰੀ, ਕੁਛ ਵੀ ਨਹੀਂ ਕੀਤਾ, ਯਕਦਮ ਵਿੱਚ ਮਾਰ ਕੇ ਠਾ ਕਰਦਾ ਗਿਆ। ਕਾਰ ਵਾਲਾ ਮੁੜ ਕੇ ਫੜਿਆ ਗਿਆ? ਕਾਰ ਵਾਲਾ ਮੁੜ ਕੇ ਖੜਾ ਰਿਹਾ, ਠੀਕ ਆ ਜੀ। ਬਾਅਦ 'ਚ ਮੈਨੂੰ ਕਾਰ ਵਾਲਾ ਐਕਸ਼ਨ ਦੇ ਰਿਹਾ ਕਿ ਜੀ ਤੁਸੀਂ ਤੇਜ਼ ਆ ਰਹੇ, ਤੁਸੀਂ ਗਲਤ ਆ ਰਹੇ ਹੋ। ਜੇ ਮੈਂ ਤੇਜ਼ ਆ ਰਿਹਾ, ਜੇ ਮੈਂ ਗਲਤ ਆ ਰਿਹਾ ਹੈਗਾ ਵਾ, ਤਾਂ ਤੂੰ ਮੈਨੂੰ ਕਹਿ, ਠੀਕ ਆ ਨਾ, ਕਿ ਮੈਂ ਇੱਧਰੋਂ ਦੀ ਆ ਰਿਹਾ, ਮੈਂ ਸਹੀ ਵੇ ਆ ਰਿਹਾ ਵਾਂ, ਉੱਧਰ ਤੁਹਾਨੂੰ ਕੱਟ ਬਣਾਇਆ ਕਿ ਦੂਜੇ ਰੋਡ ਤੋਂ ਚੜ੍ਹ ਜਾਓ ਜੀ ਤੁਸੀਂ। ਤੁਸੀਂ ਦੂਜੇ ਰੋਡ 'ਤੇ ਕਿਉਂ ਨਹੀਂ ਚੜ੍ਹਦੇ? ਪੁਲਿਸ ਆਈ ਮੌਕੇ 'ਤੇ? ਪੁਲਿਸ ਨੂੰ ਕੰਪਲੇਂਟ ਕੀਤੀ? ਪੁਲਿਸ ਭਾਈ ਮੈਨੂੰ ਨਹੀਂ ਪਤਾ, ਪੁਲਿਸ ਨੂੰ ਕੰਪਲੇਂਟ ਕੀਤੀ ਸੀਗੀ, ਠੀਕ ਆ ਜੀ। ਪੁਲਿਸ ਪਤਾ ਨਹੀਂ ਆਈ ਕਿ ਨਹੀਂ ਆਈ, ਪੁਲਿਸ ਉਹਦਾ ਆ ਗਈ ਸੀਗੀ, ਉੱਥੇ ਪਹੁੰਚ ਗਈ, ਬਾਅਦ 'ਚੋਂ ਫਾਦਰ ਸਾਹਿਬ ਮੇਰੇ ਕਹਿ ਰਹੇ ਸੀਗੇ ਕਿ ਪੁਲਿਸ ਪਹੁੰਚ ਗਈ। ਕੀ ਨਾਮ ਤੁਹਾਡਾ? ਮੇਰਾ ਨਾਮ ਲੱਖੇ ਹੈ। ਬਿਆਨ ਲੈਣਾ ਆਇਆ ਕਿ ਤੁਹਾਡੇ ਕੋਲ ਸਿਵਲ ਹਸਪਤਾਲ? ਮੇਰੇ ਕੋਲ ਹਜੇ ਤੱਕ ਕੋਈ ਬਿਆਨ ਲੈਣ ਨਹੀਂ ਆਇਆ ਜੀ। ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ? ਐਕਸੀਡੈਂਟ ਹੋਏ ਨੂੰ ਭਾਈ ਕਰੀਬਨ ਘੰਟਾ ਹੋ ਹੀ ਚੱਲਾ ਵਾ, ਕੋਈ ਨਹੀਂ ਆਇਆ ਬਿਆਨ ਲੈਣ ਹਜੇ ਤੱਕ, ਕੋਈ ਆਇਆ ਨਹੀਂ ਜੀ। जब पुलिस प्रशासन से इस बारे में बात की तो प्रशासन इस बात का जवाब देने से किनारा करती नजर आई। मैं अज तक मौके पे आया, पता करांगा किहड़े बंदे सट लगी है, उसके बाद करना गल। मौके पे आके तुहानू आधा घंटा हो गया, तुसी पता लगा इहदे की होया? नहीं जवाब दे ना, दसन रिहा ना मैं, मौके पे पता करके फिर दसूंगा। ਮੌਕੇ ਤੇ ਆ ਕੇ ਤੁਸੀਂ ਅੱਧਾ ਘੰਟਾ ਹੋ ਗਿਆ ਸਾਰੇ ਗੀ ਲੱਗੇ? ਪਤਾ ਕਰਕੇ ਜਿਹੜੇ ਪਹਿਲਾਂ ਤੁਹਾਡੇ ਅਫਸਰ ਆ, ਪਹਿਲਾਂ ਤੁਹਾਡੇ ਜਿਹੜੇ ਪਹਿਲਾਂ ਜਿਹੜੇ ਤੁਹਾਡੇ ਅਫਸਰ ਸੀ ਕਿ ਉਹਨਾਂ ਨੇ ਗੱਲ ਹੋਈ ਤਾਂ ਦੱਸਿਆ ਨਹੀਂ? ਤੁਸੀਂ ਦੱਸੋ ਤੁਸੀਂ ਆਏ ਹੋਏ ਕਿ ਤੁਸੀਂ ਕੀ ਕੀ ਕਰੋਗੇ? ਦੱਸੂਗਾ ਮੈਂ ਪਤਾ ਕਰਕੇ, ਕਿੱਥੋਂ ਪਤਾ ਕਰਕੇ? ਜਿਹਨੇ ਐਕਸੀਡੈਂਟ ਕੀਤਾ ਉਹ ਦੱਸੇਗਾ ਤੁਹਾਨੂੰ ਕਿ ਉਹਦੇ ਸਾਹਮਣੇ ਦੱਸੂਗੇ? ਜਿਹੜਾ ਐਕਸੀਡੈਂਟ ਜਿਹਨੇ ਕੀਤਾ ਉਹਦੇ ਸਾਹਮਣੇ ਦੱਸੂਗੇ ਤੁਸੀਂ ਗੱਲ ਕਰਕੇ? ਉਹਨੂੰ ਉਹ ਜੋ ਕਹੇਗਾ ਉਹਦੇ ਸਾਹਮਣੇ ਦੱਸੂਗੇ ਤੁਸੀਂ ਗੱਲ ਕਰਕੇ? ਮੈਂ ਡਰਾਈਵਰ ਦਾ ਪਤਾ ਕਰਾਂਗਾ ਕਿਹੜਾ ਡਰਾਈਵਰ ਆ, ਕਿਹੜਾ ਬੰਦਾ। ਮੈਂ ਪਤਾ ਕਰਨਾ ਆ ਕਿ ਤੁਹਾਨੂੰ ਪੁੱਛ ਕੇ ਦੱਸਾਂਗਾ, ਤਾਂ ਮੈਂ ਉੱਧਰ ਦੱਸ ਦਵਾਂ ਤੁਹਾਨੂੰ। ਸਿੰਪਲ ਇਹ ਪੁੱਛ ਰਿਹਾ ਕਿ ਜੋ ਐਕਸੀਡੈਂਟ ਹੋਇਆ ਉਹਦੀ ਕੀ ਇਨਫੋਰਮੇਸ਼ਨ ਆਈ ਹੈ, ਕੀ ਕਾਰਵਾਈ ਕਰਾਂਗਾ, ਕੀ ਕਾਰਵਾਈ ਕਰੂੰਗਾ, ਜੋ ਐਕਸੀਡੈਂਟ ਦਾ ਹੋਊਗਾ ਕਾਰਵਾਈ ਉਹ ਕਰੂੰਗਾ। ਤੁਸੀਂ ਕਹਿ ਰਹੇ ਹੋ ਕਿ ਮਾਮੂਲੀ ਜੀ ਗੱਲ ਹੈ, ਕੋਈ ਐਡਾ ਵੱਡਾ ਇਸ਼ੂ? ਮੈਂ ਮਾਮੂਲੀ ਨਹੀਂ ਕਿਹਾ, ਮੈਂ ਕਿਹਾ ਐਕਸੀਡੈਂਟ ਹੋਊਗਾ, ਜਿਹੜਾ ਉਹਦੇ ਕਾਰਵਾਈ ਬਣੇਗੀ ਉਹ ਕਰਾਂਗਾ। घटना के बाद वहां मौजूद लोगों की मदद से घायल युवक को जालंधर के सिविल अस्पताल में दाखिल करवाया गया।